ਕੰਪਲੇਂਟ ਨਹੀਂ ਕੀਤਾ ਮੈਨੂੰ ਕਿਤੇ ਵੀ ਤੁਸੀਂ ਦਿਖਾ ਦਿਓ ਦਿੱਲੀ ਦਿੱਲੀ ਕੋਈ ਵੀ ਕਿਉਂਕਿ ਉੱਥੇ ਬੈਨ ਆ ਇੱਥੇ ਵੀ ਹੁੰਦੇ ਆ ਕਿਤੇ ਵੀ ਹੁੰਦਾ ਜਿੱਥੇ ਭਾਰਤੀ ਕਿਸਾਨ ਯੂਨੀਅਨ ਕਿਸੇ ਵੀ ਤਰ੍ਹਾਂ ਦੀ ਯੂਨੀਅਨ ਹੋਵੇ 30-32 ਯੂਨੀਅਨ ਆ ਕੋਈ ਵੀ ਪੋਲੀਟੀਕਲ ਲੀਡਰ ਦੀ ਜ਼ਰੂਰਤ ਨਹੀਂ ਆ ਕਿ ਸਟੇਜ ਤੇ ਬੋਲੇ ਨਹੀਂ ਸਰ ਜਿਹੜੇ ਜਿਵੇਂ ਵਕ ਰੱਦ ਕਰਦੇ ਆ ਜੋ ਅੱਜ ਦੀ ਜੋ ਲੋਹੜੀ ਆ ਸਾਡੇ ਵਾਸਤੇ ਕੋਈ ਜ਼ਿਆਦਾ ਮਹਿਨਾ ਨਹੀਂ ਰੱਖਦੀ ਪਰ ਬੱਚਿਆਂ ਨੂੰ ਅਸੀਂ ਫਿਰ ਵੀ ਕਹਿੰਦੇ ਹਾਂ ਦੇਖੋ ਬੱਚੇ ਆਏ ਆ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਆਹ ਪਹਿਲੀ ਲੋਹੜੀ ਆ ਜਿਹਨੂੰ ਭਾਈ ਸਾਹਿਬ ਨੇ ਕਿਹਾ ਵੀ ਕਾਲੀ ਲੋਹੜੀ ਆ ਸਾਡਾ ਵੀ ਜੀ ਕਰਦਾ ਅਸੀਂ ਉੱਥੇ ਅਸੀਂ ਨਾ ਹੁਣੇ ਸਾਡੇ ਪ੍ਰਧਾਨ ਜੀ ਆ ਜਾਣ ਅਸੀਂ ਕਾਨੂੰਨ ਵੀ ਹਾਂ ਜੋ ਇਹ ਕਾਲੇ ਕਾਨੂੰਨ ਲਿਆਉਂਦੇ ਆ ਨਾ ਇਹਨਾਂ ਦੀਆਂ ਕਾਪੀਆਂ ਹੁਣੇ ਅਸੀਂ ਫੂਕਣੀਆਂ ਸਾਡੀ ਇਹ ਲੋਹੜੀ ਅਸੀਂ ਫੂਕਣੀਆਂ ਕਾਨੂੰਨ ਦੀਆਂ ਕਾਪੀਆਂ ਦੇਖੋ ਜੋ ਸੁਪਰੀਮ ਕੋਰਟ ਦਾ ਕੱਲ੍ਹ ਮੰਨ ਜੋ ਸੁਪਰੀਮ ਕੋਰਟ ਦਾ ਫੈਸਲਾ ਆਇਆ ਅਤੇ ਸਾਡੀ ਹਾਈ ਕਮਾਂਡ ਨੇ ਉਸ ਫੈਸਲੇ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਦੇਖੋ ਅਸੀਂ ਆਦਰ ਕਰਦੇ ਹਾਂ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਦਾ ਆਦਰ ਕਰਦੇ ਹਾਂ ਪਰ ਇਸ ਫੈਸਲੇ ਦਾ ਪਹਿਲਾਂ ਹੀ ਪਤਾ ਸੀ ਕਿਉਂਕਿ ਸਰਕਾਰ ਨੇ ਪਤਾ ਕੀ ਕੀਤਾ ਕਿਉਂਕਿ ਸਰਕਾਰ ਜੋ ਤਾਨਾਸ਼ਾਹੀ ਸਰਕਾਰ ਹੈ ਇੰਨੀ ਬੁਰੀ ਤਰ੍ਹਾਂ ਫਸ ਸਕੀ ਆ ਆਹ ਫੈਸਲਾ ਲੈਣ ਤੋਂ ਡਰਦੀ ਆ ਵੀ ਸਾਡੇ ਅਸੀਂ ਇਹ ਕੀ ਕਰਤਾ ਛਿੱਤਰ ਪੈਣਗੇ ਇਹਨੇ ਕੋਰਟ ਦੇ ਰਾਹੀਂ ਇਹ ਫੈਸਲਾ ਕਰਵਾਇਆ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਜੋ ਇਹਨਾਂ ਨੇ ਇੱਕ 4 ਮੈਂਬਰੀ ਕਮੇਟੀ ਬਣਾਈ ਆ ਜੀ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੀਦਾ ਉਹਨਾਂ ਦੇ ਵਿੱਚੋਂ ਸਰਦਾਰ ਭੁਪਿੰਦਰ ਸਿੰਘ ਜੀ ਮਾਨ ਉਹ ਇੱਕ ਮੇਰਾ ਦੂਰ ਦਾ ਰਿਸ਼ਤੇਦਾਰ ਆ ਜੀ ਥੋੜ੍ਹੀ ਦੂਰ ਦਾ ਅਤੇ ਉਹਨਾਂ ਨੂੰ ਵੀ ਵਿੱਚ ਮੈਂ ਇਹਨਾਂ ਨੇ ਮੈਂਬਰ ਰੱਖਿਆ 4 ਮੈਂਬਰ ਉਹ ਕਹਿੰਦੇ 2 ਕਿਸਾਨ ਆ ਨੇਤਾ ਹੈ ਔਰ 2 ਅਰਥ ਸ਼ਾਸਤਰੀ ਆ ਜੀ ਸਰਦਾਰ ਭੁਪਿੰਦਰ ਸਿੰਘ ਜੀ ਮਾਨ ਬਾਰੇ ਮੈਂ ਕਹਿਣਾ ਚਾਹੂੰਗਾ ਵੀ ਉਹ ਵਿਅਕਤੀ ਰਾਜ ਸਭਾ ਦਾ ਮੈਂਬਰ ਬਤੌਰ ਕਾਂਗਰਸ ਰਹੇ ਆ ਜੀ ਹੁਣ ਵੀ ਉਹਨਾਂ ਦਾ ਬੇਟਾ ਉਹਦਾ ਨਾਮ ਵੀ ਮੇਰੇ ਕੋਲ ਹੈਗਾ ਅਤੇ ਉਹ UPSC ਦਾ ਜਾਂ ਮੈਨੂੰ ਇਹ ਪੂਰਾ ਕਲੀਅਰ ਨਹੀਂ ਹੈਗਾ ਇੰਡੀਆ ਲੈਵਲ ਦੀ ਕੋਈ ਸਿਲੈਕਸ਼ਨ ਕਮੇਟੀ ਜਿੱਥੇ ਆਫਿਸਰ ਭਰਤੀ ਹੁੰਦੇ ਉਹਨਾਂ ਦਾ ਮੈਂਬਰ ਆ ਜੀ ਉਹਨਾਂ ਦਾ ਬੇਟਾ ਕਾਂਗਰਸ ਦੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਨਹੀਂ ਬਿਲਕੁਲ ਸਹਿਮਤ ਨਹੀਂ ਮੈਂ ਦੱਸਿਆ ਵੀ ਉਹ ਤਾਂ ਇਹ BJP ਸਰਕਾਰ ਨੇ ਇਹ ਥਰੂ ਨਾ ਕੋਰਟ ਦੇ ਥਰੂ ਇਹ ਫੈਸਲਾ ਕਰਵਾਇਆ ਬਿਲਕੁਲ ਸਹਿਮਤ ਨਹੀਂ ਹੈ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਸਾਡੀ ਹਾਈ ਕਮਾਂਡ ਨੇ ਕਹਿਤਾ 26 ਤਰੀਕ ਨੂੰ ਜੋ ਕੋਲ ਜਥੇਬੰਦੀਆਂ ਦੀ ਕੋਲ ਆ ਵੀ ਦਿੱਲੀ ਘੇਰਨੀ ਆ ਤੁਸੀਂ ਘੇਰਨ ਦੇ ਹੱਕ ਦੇ ਵਿੱਚ ਬਿਲਕੁਲ ਘੇਰਨੀ ਨਹੀਂ ਅਸੀਂ ਤਿਰੰਗੇ ਝੰਡੇ ਦਾ ਵੀ ਮਾਣ ਕਰਨਾ ਅਸੀਂ ਭਾਰਤੀ ਕਿਸਾਨ ਯੂਨੀਅਨ ਦਾ ਉਹ ਝੰਡਾ ਹੈ ਉਹ ਵੀ ਅਸੀਂ ਆਪਣੇ ਹੱਥ 'ਤੇ ਰੱਖਣਾ ਔਰ ਕਾਲੇ ਕਾਨੂੰਨ ਰੱਦ ਵੀ ਕਰਾਉਂਦੇ ਹਾਂ ਅਤੇ ਬਾਕੀ ਜਿਹੜੀਆਂ ਮੰਗਾਂ ਹੈ ਜੋ MSP ਦੀ ਆ ਉਹ ਵੀ ਮਨਾ ਕੇ ਉਹ ਟੁੱਟਣੇ 'ਚ ਕੋਈ ਕਿਸੇ ਨੂੰ ਸ਼ੱਕ ਨਹੀਂ ਰਹਿਣੀ ਚਾਹੀਦੀ ਹੈਗੀ ਔਰ ਜਿਹੜੀ ਆਪਣੇ ਰੋਟੀਆਂ ਸੇਕ ਰਹੇ ਨੇ ਜੇਕਰ ਇਹ ਨਾ ਆਉਂਦੇ ਸ਼ਾਇਦ ਕਿਸਾਨੀ ਅੰਦੋਲਨ ਕੁਝ ਹੋਰ ਇਹਦਾ ਰੁੱਖ ਹੁੰਦਾ ਹੈ ਦੇਖੋ ਕਿਉਂਕਿ ਨਾ ਜਦੋਂ ਕੋਈ ਵੀ ਬੈਠਦਾ ਸਾਡੇ ਵੱਲੋਂ ਬੈਠੇ ਇਹ ਸਾਡੀ ਲੀਡਰਸ਼ਿਪ ਦਾ ਹੈਗਾ ਪੂਰਾ ਮਨ ਤਰੀਕੇ ਦੇ ਨਾਲ ਕੋਈ ਵੀ ਪੋਲੀਟੀਕਲ ਪਾਰਟੀ ਆ ਕੋਈ ਵੀ ਕਿਸੇ ਤਰ੍ਹਾਂ ਦੀ ਚਾਹੇ ਧਾਰਮਿਕ ਜਥੇਬੰਦੀ ਆ ਚਾਹੇ ਸੋਸ਼ਲ ਜਥੇਬੰਦੀ ਆ ਉਹ ਕਿਤੇ ਬੈਠੀ ਆ ਕਰਦੀ ਆ ਕਰੀ ਜਾਵੇ ਅਸੀਂ ਉਹਨੂੰ ਡੈਮੋਕ੍ਰੈਟਿਕ ਤੌਰ 'ਤੇ ਕੁਛ ਨਹੀਂ ਕਹਿ ਸਕਦੇ ਪਰ ਜੋ ਪੋਲੀਟੀਕਲ ਪਾਰਟੀਜ਼ ਆ ਮੈਨੂੰ ਲੱਗਦਾ ਮੇਰੀ ਜਜਮੈਂਟ ਆ ਇਹ ਸਿਰਫ ਅਤੇ ਸਿਰਫ ਆਪਣੀਆਂ ਰੋਟੀਆਂ ਪੋਲੀਟੀਕਲ ਰੋਟੀਆਂ ਸੇਕਦੇ ਆ ਆਪਣਾ ਗਰਾਊਂਡ ਬਣਾਉਂਦੇ ਆ ਔਰ ਉਹ ਕਾਮਯਾਬ ਨਹੀਂ ਹੋਣਾ ਇਹ ਭੁੱਲ ਜਾਣ ਅੱਛਾ ਇੱਕ ਸਰ ਇਹ ਬਹੁਤ ਬਹੁਤ ਧੰਨਵਾਦ ਆ ਪ੍ਰੈਸ ਵਾਲਿਆਂ ਦਾ ਔਰ ਪ੍ਰਸ਼ਾਸਨ ਦਾ ਪ੍ਰਸ਼ਾਸਨ ਦੇ ਕੱਲ੍ਹ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਹੁਣ ਵੀ ਦਿੰਦੀ ਆ ਪ੍ਰਸ਼ਾਸਨ ਖਾਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਆ ਜੋ ਐਡਮਿਨਿਸਟ੍ਰੇਸ਼ਨ ਆ ਖੰਨੇ ਦੀ ਬਿਲਕੁਲ ਸਾਡਾ ਜਿੰਨਾ ਯੋਗੇ ਹੈ ਉਹ ਧਿਆਨ ਰੱਖਦੇ ਆ ਪਰ ਸਰਕਾਰ ਤੋਂ ਸਾਨੂੰ ਮੌਜੂਦਾ ਸਰਕਾਰ ਤੋਂ ਇੱਥੇ ਕਾਂਗਰਸ MLA ਮੈਨੂੰ ਕੋਈ ਸੰਕੋਚ ਨਹੀਂ ਕਹਿਣ ਦਾ ਨਹੀਂ ਪਤਾ ਨਹੀਂ ਤਾਂ ਡਰਦੇ ਆ ਪਤਾ ਨਹੀਂ ਮੁਸ਼ਕ ਆਉਂਦਾ ਸਾਡੇ ਤੋਂ ਸਾਡੇ ਕੋਲ ਨਹੀਂ ਅਸੀਂ ਚਾਹੁੰਦੇ ਵੀ ਨਹੀਂ ਹੈਗੇ ਆਪਣੇ ਆਪਣੀ ਝੰਡੀ ਲਾ ਕੇ ਫਿਰ ਸਕਦੇ ਸਾਡੇ ਕੋਲ ਆਉਣ ਦੀ ਜ਼ਰੂਰਤ ਹੀ ਨਹੀਂ ਉਹਨਾਂ ਦੀ ਮੈਨੂੰ ਲੱਗਦਾ ਕੋਈ ਵੀ ਹੋਵੇ ਚਾਹੇ ਅਕਾਲੀ ਹੋਵੇ ਕਾਂਗਰਸ ਹੋਵੇ ਆਮ ਹੋਵੇ ਖਾਸ ਹੋਵੇ ਸਾਡੇ ਵਾਸਤੇ ਅਸੀਂ ਕਿਤੇ ਦੂਰ ਹਾਂ ਪੋਲੀਟਿਕਸ ਦਾ ਕੋਈ ਮਤਲਬ ਨਹੀਂ ਇੱਥੇ ਪੋਲੀਟਿਕਸ ਕਰਨ ਦਾ ਉੱਥੇ ਬੈਠਿਆ ਕਰੀ ਜਾਣ ਪਰ ਜਿਹੜੀ ਪੋਲੀਟਿਕਸ ਆ ਨਾ ਉਹਨੇ ਗੰਦ ਪਾ ਕੇ ਰੱਖਤਾ ਸਾਡੇ ਦੇਸ਼ ਦੇ ਵਿੱਚ ਗੰਦ ਪਾ ਕੇ ਰੱਖਤਾ ਇੰਨੀ ਕੁ ਕਰਪਟ ਆ ਇੰਨੀ ਕੁ ਕਰਪਸ਼ਨ ਵਧੀ ਹੋਈ ਆ ਸਾਨੂੰ ਉਮੀਦ ਨਹੀਂ ਹੈ ਜਿੰਨਾ ਚਿਰ ਕੋਈ ਵੱਡਾ ਬਦਲਾਅ ਨਹੀਂ ਆਉਂਦਾ ਦੇਖੋ ਹੁਣੇ ਮੈਂ ਅੱਜ ਵੀ ਸਟੇਟਮੈਂਟ ਸੁਬਹਾ ਸੀਗੀ ਉੱਥੇ ਰੁਲਦੂ ਸਿੰਘ ਦੀ ਵੀ ਸੀਗੀ ਕਿਸਾਨ ਏਕਤਾ ਮੋਰਚਾ ਵਾਲਿਆਂ ਦੀ ਵੀ ਸੀਗੀ ਸਾਰਿਆਂ ਨੇ ਰਲ ਮਿਲ ਕੇ ਸਾਂਝੀ ਸਟੇਟਮੈਂਟ ਆਈ ਆ ਵੀ ਉਹ ਜੋ 26 ਤਰੀਕ ਦੀ ਟਰੈਕਟਰ ਮਾਰਚ ਆ ਉਹ ਟਰੈਕਟਰ ਮਾਰਚ ਆ ਉਹ ਸਾਡਾ ਡੈਮੋਕ੍ਰੈਟਿਕ ਰਾਈਟ ਆ ਡੈਮੋਕ੍ਰੇਸੀ ਆ ਇਹਦੇ ਵਿੱਚ ਅਸੀਂ ਯਾਰ ਨਵੀਂ ਦਿੱਲੀ ਦੇ ਵਿੱਚ ਅਸੀਂ ਦਿੱਲੀ ਤਿਰੰਗਾ ਝੰਡਾ ਉਹਨਾਂ ਨੇ ਲਹਿਰਾਉਣਾ ਹੈ ਅਸੀਂ ਵੀ ਲਹਿਰਾਉਣਾ ਰਲ ਕੇ ਲੜਾਵਾਂਗੇ ਉਹਨਾਂ ਨੂੰ ਦੁੱਖ ਕੀ ਆ ਅਸੀਂ ਝੰਡਾ ਲਹਿਰਾਵਾਂਗੇ ਰਲ ਕੇ ਲਹਿਰਾਵਾਂਗੇ ਤਿਰੰਗਾ ਝੰਡਾ ਵੀ ਲਹਿਰਾਵਾਂਗੇ ਔਰ ਭਾਰਤੀ ਕਿਸਾਨ ਯੂਨੀਅਨ ਜੋ ਕਿਸਾਨ ਸੰਯੁਕਤ ਏਕਤਾ ਮੋਰਚਾ ਜੋ ਸਾਡੇ ਲੀਡਰ ਆ ਉਹਨਾਂ ਨੇ ਅਸੀਂ ਪੂਰਾ ਮਨ ਢੰਗ ਦੇ ਨਾਲ ਮਾਰਚ ਕੱਢਣਾ ਹੁਣ ਜੇ ਗੜਬੜ ਸਰਕਾਰ ਨੇ ਕਰਾਉਣੀ ਹੈ ਜ਼ਿੰਮੇਵਾਰ ਅਸੀਂ ਪੂਰਾ ਮਨ ਤਰੀਕੇ ਦੇ ਨਾਲ ਟਰੈਕਟਰ ਮਾਰਚ 26 ਤਰੀਕ ਨੂੰ ਹਰ ਹਾਲਤ ਨਿਕਲੂਗਾ ਅਸੀਂ ਖੰਨੇ 20-21 ਤਰੀਕ ਜੋ ਫੈਸਲਾ ਹੋਇਆ ਇੱਥੋਂ ਤੁਹਾਡੇ ਸਾਹਮਣੇ ਹਜ਼ਾਰਾਂ ਟਰੈਕਟਰ ਬੜਾ ਉਤਸ਼ਾਹ ਲੋਕਾਂ 'ਚ ਅਸੀਂ ਪਿੰਡ ਡੋਰ ਟੂ ਡੋਰ ਜਾ ਕੇ ਉਤਸ਼ਾਹ ਕਰਕੇ ਟਰੈਕਟਰ ਔਰ 5-7 ਟਰੈਕਟਰਾਂ ਦਾ ਮਗਰ ਇੱਕ ਟਰੋਲੀ ਪਾ ਕੇ ਅਸੀਂ ਜਾਵਾਂਗੇ ਉੱਥੇ 26 ਜਨਵਰੀ ਦਿੱਲੀ ਮਨਾਵਾਂਗੇ ਧੂਮਧਾਮ ਦੇ ਨਾਲ ਔਰ ਉਨ੍ਹਾਂ ਚਿਰ ਨਹੀਂ ਉੱਠਾਂਗੇ ਸਾਲ ਲੱਗ ਜਾਵੇ 6 ਮਹੀਨੇ ਲੱਗ ਜਾਣ 2 ਮਹੀਨੇ ਲੱਗ ਜਾਣ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਔਰ ਜੋ ਬਾਕੀ ਮੰਗਾਂ ਸਾਰੀਆਂ ਉਹ ਮੰਨੀਆਂ ਨਹੀਂ ਜਾਂਦੀਆਂ ਠੀਕ ਇਹ ਬਲ ਸਾਹਿਬ ਜਿਹਦੇ ਅੱਜ ਇੱਥੇ ਲੋਹੜੀ ਵਾਲੇ ਦਿਨ ਜਿਹੜੇ ਕਾਪੀਆਂ ਸਾਰੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
अज असी काले कानून दियां कापियां साड़ियां ने क्योंकि इत्थों की सरकार की करनी और कथनी च फर्क है। इत्थों की सरकार कई तरह के बेलन बेल रही है। इन्होंने कल एक सुप्रीम कोर्ट के बेलन बेलिया, वो कहते हैं भी असी स्टे कराती कानून की, वो साडे लिए कुछ भी नहीं, ना असी सुप्रीम कोर्ट नूं मन्निया ना मनना। असी तां जिन्ना चिर कानून रद्द नहीं हुंदे उन्ना चिर असी बिल्कुल साडा कोई फैसला नहीं। असी मरांगे और जीतांगे, साडा इक्को ही नारा। ये अज असी साडे खन्ना विखे सारे भारतीय किसान यूनियन के वर्करां ने काले कानूनां दीआं कापियां फूकियां ने और जगह जगह फूकियां जा रहियां, बलो भी फूकियां ने, जगह जगह फूकियां जा रहे हैं क्योंकि ये साढ़े लिए घातक ने। बहुत बड़े पद्धर से अंदोलन चल रहा, मोदी सरकार के कन ते जू नहीं सरकती। ये हिटलर सरकार है जिहड़ी, ये किसानां नूं कदे अतवादी कहती है, कदे वक्खवादी कहती है, कदे कुछ कहती है। कल थोड़े दिन पहला अमरीका दे विच कुछ बंदे गोली नाल मारे गए सी, मोदी सरकार ने उन्हां दा अफसोस जताया। पर इत्थों 70 नौजवान साढ़े 18-18 साल के बच्चे इस अंदोलन के शहीद हो गए। एक बारी भी मोदी ने यह नहीं कहा भी क्यों शहीद होए ने, उन्होंने पूरा दुख नहीं प्रगट करया। इहो जिहे प्रधानमंत्री नूं इस देश विच रहना नहीं चाहीदा। असी इहो जिहे प्रधानमंत्री नूं प्रधानमंत्री ओ नहीं मनते। ये जिहड़ी प्रधानमंत्री मोदी सरकार है, बीजेपी गवर्नमेंट है, यह वोटां नाल नहीं चुनिया होया, यह ईवीएम का चुनिया होया, ईवीएम की सरकार है। सानू ईवीएम की लड़ाई भी इदा ही लड़नी पऊ। किसानां दे विच बहुत रोस है। हुण 20 तरीक तो बाद 26 जनवरी नूं लखां ट्रैक्टर कट्ठा होके असी दिल्ली घेरांगे, मोदी की बस करा देंगे, इहदियां जड़ां पड़ देंगे। ठीक है, धन्यवाद। ਨਾਮ ਕੀ ਆ? ਬੜੇ ਪਿਆਰੇ ਬੱਚੇ ਹੋ ਤੁਸੀਂ, ਦੇਖ ਸਕਦੇ ਹੋ।